ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਰੇ ਤੇ ਇਸ ਵੇਲੇ ਮੈਂ ਪਹੁੰਚ ਚੁੱਕਾ ਜਲੰਧਰ ਦੇ ਵਿੱਚ ਹੰਸਰਾਜ ਹੰਸੀ ਦੇ ਘਰ ਦੇ ਅੰਦਰ ਜਿੱਥੇ ਤਿਆਰੀਆਂ ਚੱਲ ਰਹੀਆਂ ਨੇ ਯੁਵਰਾਜ ਹੰਸ ਦੇ ਵਿਆਹ ਦੀਆਂ ਤੇ ਮੈਂ ਹੁਣ ਤੁਹਾਨੂੰ ਡਾਇਰੈਕਟਲੀ ਉਸ ਇਨਸਾਨ ਨਾਲ ਮਿਲਾਉਣ ਚੱਲਿਆ ਜੋ ਜਿਹੜਾ ਵਿਆਹ ਅੱਜ ਹੋਣ ਜਾ ਰਿਹਾ ਤੇ ਉਹਨਾਂ ਦੀ ਵਾਈਫ ਵੀ ਸਾਡੇ ਨਾਲ ਹੀ ਮੌਜੂਦ ਨੇ, ਉਹਨਾਂ ਦੇ ਹੋਣ ਵਾਲੇ ਵਾਈਫ ਹੀ ਸਾਡੇ ਨਾਲ ਮੌਜੂਦ ਨੇ। ਸੋ ਆਪਾਂ ਕਰਦੇ ਹਾਂ ਇਹਨਾਂ ਨਾਲ ਗੱਲਬਾਤ। ਦ ਗਰੂਮ ਐਂਡ ਦ ਬ੍ਰਾਈਡ, ਸਤਿ ਸ਼੍ਰੀ ਅਕਾਲ ਯੁਵਰਾਜ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਾਨ ਜੀ। ਸਤਿ ਸ਼੍ਰੀ ਅਕਾਲ। ਯੁਵਰਾਜ, ਪਹਿਲੇ ਤਾਂ ਇੱਕ ਹੁੰਦਾ ਨਾ ਕੁਐਸਚਨ, ਨੋਰਮਲ ਕੁਐਸਚਨ ਪੁੱਛਦੇ ਆਪਾਂ, ਕਿੰਨਾ ਕੁ ਚਾਹ ਅੱਜ ਵਿਆਹ ਦਾ? ਆ ਚਾਹ ਦੇਖ ਹੀ ਰਹੇ ਹਾਂ ਤੁਸੀਂ ਸਾਰਾ, ਬਹੁਤ ਸੀਰੀਅਸਲੀ ਬਹੁਤ ਐਕਸਾਈਟਮੈਂਟ ਸੀ ਮੇਰੇ ਨਾਲੋਂ ਜ਼ਿਆਦਾ, ਡਬਲ ਟ੍ਰਿਪਲ ਐਕਸਾਈਟਿਡ ਆ ਮਾਨ ਸੀ, ਕਿਉਂਕਿ ਜੇ ਇਹ ਨਾ ਹੁੰਦੇ ਟਰੱਸਟ ਮੀ, ਮੇਰੇ ਤੋਂ ਹੋਣਾ ਨਹੀਂ ਸੀ ਇੰਨਾ ਵੱਡਾ ਤਾਮ ਜਾਮ ਵਿਆਹ ਵੀ। ਉਹ ਮੈਂ ਇਹਨੂੰ ਕਹਿੰਦਾ ਰਹਿੰਦਾ ਯਾਰ ਮੈਂ ਨਹੀਂ ਕਰਨਾ ਵਿਆਹ, ਹੈ ਨਾ, ਮੈਂ ਡਰਦਾ ਸੀ ਵਿਆਹ ਤੋਂ, ਬਟ ਸ਼ੀ ਇਜ਼ ਦ ਵਨ ਜਿਹਨੇ ਮੈਨੂੰ ਸਾਲ ਡੇਢ ਸਾਲ 'ਚ ਮਨਾ ਲਿਆ। ਮੈਂ ਇਹਨੂੰ ਕਿਹਾ ਸੀ ਹਜੇ ਦੋ ਚਾਰ ਸਾਲ ਬਾਅਦ ਆਰਾਮ ਨਾਲ ਕਰਾਂਗੇ ਵਿਆਹ, ਮੇਰੇ 'ਚ ਹਿੰਮਤ ਨਹੀਂ ਹੈਗੀ, ਜਾਣਾ ਸੀ ਨਾ ਉਦੋਂ ਤੱਕ ਮੈਨੂੰ ਚੂੜਾ ਪਾਉਣਾ ਸੀ ਨਾ, ਇਸ ਲਈ ਮੈਂ ਕਿਹਾ ਜਲਦੀ ਜਲਦੀ ਕਰ ਲਓ ਟਾਈਮ। ਇਹਦੀ ਹਿੰਮਤ ਕਰਕੇ ਮੈਂ ਫਿਰ ਮੈਂ ਕਿਹਾ ਚੱਲ ਦੇਖੀ ਜਾਊਗੀ ਫਿਰ। ਹਾਂਜੀ। ਅਤੇ ਮਾਨ ਸਿੰਘ, ਤੁਸੀਂ ਅੱਜ ਕੀ ਤਿਆਰੀ ਕਰ ਰਹੇ ਹੋ ਵਿਆਹ ਨੂੰ ਲੱਗੇ, ਕਿਉਂਕਿ ਸ਼ਾਮ ਨੂੰ ਤੁਹਾਡੀ ਬੈਂਗਲ ਸੈਰੇਮਨੀ ਵੀ ਹੈ, ਅਤੇ ਤੁਹਾਡਾ ਕੀ ਯੋਗਦਾਨ ਜਾ ਰਿਹਾ ਇਸ ਲਈ ਵਿਆਹ ਦੇ? ਕਿਸੇ ਡੈਕੋਰੇਸ਼ਨ ਤੁਸੀਂ ਆਪ ਕਰ ਰਹੇ ਹੋ ਮੋਨੀਟਰ? ਮੋਨੀਟਰ ਤਾਂ ਨਹੀਂ, ਬਿਕੋਜ਼ ਅਸੀਂ ਦੋਨਾਂ ਨੇ ਹੀ ਡਿਸਾਈਡ ਕੀਤਾ ਸੀ ਕਿੱਦਾਂ ਦਾ ਅਸੀਂ ਰੱਖਣਾ, ਕਲਰ ਕੋਂਬੀਨੇਸ਼ਨ ਸਭ ਚੀਜ਼, ਥੀਮ ਵਗੈਰਾ ਸਭ ਅਸੀਂ ਦੋਨਾਂ ਨੇ ਹੀ ਰਲ ਕੇ ਕੀਤਾ। ਸੋ ਐਕਸਾਈਟਮੈਂਟ ਹੈਗੀ ਹੈ, ਬੈਂਗਲ ਸੈਰੇਮਨੀ ਹੈ, ਫਸਟ ਟਾਈਮ ਅਸੀਂ ਸੁਣਿਆ ਸੀ, ਇਨਫੈਕਟ ਮੈਂ ਕਿਸੇ ਦੀ ਅਟੈਂਡ ਵੀ ਨਹੀਂ ਕੀਤੀ ਬੈਂਗਲ ਸੈਰੇਮਨੀ, ਸੋ ਮੈਨੂੰ ਨਹੀਂ ਪਤਾ ਕੀ ਹੁੰਦਾ, ਆਈ ਜਸਟ ਵਾਂਟ ਟੂ ਸੀ ਹਾਊ ਇਟਸ ਗੋਇੰ ਟੂ ਹੈਪਨ। ਮੈਨੂੰ ਇਹ ਵੀ ਪਤਾ ਲੱਗਿਆ ਸੀ ਕਿ ਤੁਹਾਡੇ ਦੋਨਾਂ ਦੀ ਲਵ ਮੈਰਿਜ ਹੈ, ਰਾਈਟ? ਅਤੇ ਮੈਨੂੰ ਸਭ ਤੋਂ ਪਹਿਲਾਂ ਇਹ ਗੱਲ ਦੱਸੋ ਕਿ ਤੁਸੀਂ ਯੁਵਰਾਜ ਮਾਨਸੀ ਨੂੰ ਪ੍ਰਪੋਜ਼ ਕੀਤਾ ਕਿ ਮਾਨਸੀ ਨੇ ਯੁਵਰਾਜ ਨੂੰ ਪ੍ਰਪੋਜ਼ ਕੀਤਾ? ਨਹੀਂ ਨਹੀਂ ਮੈਂ ਹੀ ਕੀਤਾ ਸੀ ਓਬਵੀਅਸਲੀ, ਬਟ ਉਹ ਬੜਾ ਸ਼ਾਂਤ ਅਤੇ ਮਿਊਚੁਅਲ ਜਿਹਾ ਪ੍ਰਪੋਜ਼ ਸੀਗਾ, ਕਹਿੰਦੀ ਓਕੇ, ਮੈਂ ਕਿਹਾ ਹਾਂ ਓਕੇ, ਇੱਦਾਂ ਹੋਇਆ ਸੀ। ਬੀ ਸੀ ਐਲ ਦੇ ਥਰੂ ਆਪਾਂ ਮਿਲੇ ਸੀ, ਔਰ ਜਦੋਂ ਅਸੀਂ ਮਿਲਣਾ ਸ਼ੁਰੂ ਹੋਏ, ਸਾਹਿਬ ਜੀ ਨੂੰ ਕੋਈ ਹੋਰ ਪਸੰਦ ਸੀਗੇ, ਫਲਿੰਗ ਟਾਈਪਸ, ਨੋਟ ਫਲਿੰਗ ਕਹਿ ਸਕਦੇ, ਜਸਟ ਕਰਸ਼ ਕਹਿ ਸਕਦੇ ਹਾਂ। ਸੋ ਸਮ ਹਾਓ ਕਰਸ਼ ਇਹਨਾਂ ਦੇ ਨਾਮ ਦਾ ਸੀ, ਬਟ ਅਸੀਂ ਮਿਲਣਾ ਸ਼ੁਰੂ ਹੋਏ, ਦੈਨ ਹੀ ਰਿਅਲਾਈਜ਼ ਓਕੇ, ਮਤਲਬ ਅੱਛੀ ਹੈ ਅੰਡਰਸਟੈਂਡਿੰਗ, ਇਹ ਕੁੜੀ ਘਰ ਆ ਸਕਦੀ ਆ, ਕਿਉਂਕਿ ਘਰ ਵਿੱਚ ਉਹੀ ਕੁੜੀ ਆ। ਮੇਰੀ ਇਹ ਆ ਕਿ ਮੇਰਾ ਹਮੇਸ਼ਾ ਤੋਂ ਇਹ ਸੀਗਾ ਕਿ ਮੇਰੀ ਜਿਹੜੀ ਫੈਮਿਲੀ ਨੂੰ ਸੰਭਾਲ ਸਕੇ, ਮੈਨੂੰ ਅੰਡਰਸਟੈਂਡ ਕਰ ਸਕੇ, ਉਹ ਕੁੜੀ ਮੈਨੂੰ ਚਾਹੀਦੀ ਆ। ਆਈ ਆਲਵੇਜ਼ ਥੋਟ ਆਫ ਦੈਟ, ਔਰ ਮੇਰੀ ਇੱਕ ਡਰੀਮ ਗਰਲ ਟਾਈਪ ਹੁੰਦੀ ਹੈ ਨਾ, ਕਿ ਯਾਰ ਇੱਕ ਅੰਡਰਸਟੈਂਡਿੰਗ ਹੋਵੇ, ਘਰ ਨੂੰ ਸੰਭਾਲਣ ਵਾਲੀ ਘਰੇਲੂ ਜੀ ਹੋਵੇ, ਨਾਲ ਦੀ ਨਾਲ ਮਾਡਰਨ ਵੀ ਹੋਵੇ। ਸੋ ਇਹਨਾਂ ਦਾ ਇਹ ਪੂਰਾ ਪੈਕੇਜ ਕੋਂਬੀਨੇਸ਼ਨ ਆ, ਸੋ ਆਈ ਐਮ ਲੱਕੀ, ਤਾਂ ਕਰਕੇ ਫਿਰ ਮੈਂ ਐਡਾ ਵੱਡਾ ਡਿਸੀਜਨ ਲਿਆ, ਕਿਉਂਕਿ ਹਾਂਜੀ ਅਦਰਵਾਈਜ਼ ਹੀ ਵਾਸ ਸਕੇਅਰਡ ਆਫ ਮੈਰਿਜ ਇਨੀਸ਼ੀਅਲੀ। ਜਦੋਂ ਇਦਾਂ ਦਾ ਡਰ ਸੀਗਾ ਕੀ ਵਿੱਚ ਦਾ? ਉੱਦਾਂ ਹੀ ਮੈਂ ਨਾ ਐਕਚੁਅਲੀ ਮੈਂ ਚਾਹੁੰਦਾ ਸੀ ਮੇਰੇ ਅਕਾਊਂਟ 'ਚ ਘੱਟੋ ਘੱਟ 2-4 ਕਰੋੜ ਰੁਪਇਆ ਹੋਵੇ ਨਾ, ਫੇਰ ਹੀ ਮਜ਼ਾ ਆਊਗਾ ਵਿਆਹ ਦਾ, ਸੈਟਲਡ ਕਰਕੇ, ਵੈਲ ਸੈਟਲਡ ਹੋਵੇ ਬੰਦਾ, ਕਿਉਂਕਿ ਜੇ ਵਿਆਹ ਤੋਂ ਬਾਅਦ ਵੀ ਮੰਮੀ ਡੈਡੀ ਤੋਂ ਜਾਂ ਉਹਨਾਂ ਤੋਂ ਇਹਦੇ ਸੂਟ ਲਈ ਵੀ ਪੈਸੇ ਮੰਗਣੇ ਪੈਣ, ਉਹ ਕਾਹਦਾ ਵਿਆਹ ਹੋਇਆ, ਹੈ ਨਾ। ਸੋ ਮੈਂ ਇਹ ਚਾਹੁੰਦਾ ਸੀ ਜੇ ਮੇਰੀ ਵਾਈਫ ਹੋਵੇ ਜਾਂ ਮੇਰੀ ਕੋਈ ਵੀ ਮੇਰੀ ਹਮਸਾਥੀ ਹੋਵੇ, ਉਹ ਮੇਰੇ ਘਰ ਆਵੇ, ਉਹ ਰਾਣੀਆਂ ਵਾਂਗੂ ਰਹੇ, ਉਹਨੂੰ ਮੈਂ ਕਿਸੇ ਚੀਜ਼ ਦੀ ਕਮੀ ਨਾ ਹੋਣ ਦੇਵਾਂ। ਸੋ ਮੈਨੂੰ ਇਹ ਕਹਿੰਦਾ ਸੀ ਮੈਨੂੰ ਥੋੜ੍ਹੇ ਪੈਸੇ ਕਮਾ ਲੈਣ ਦੇ, ਫਿਰ ਹੋ ਜੂਗਾ। ਪਰ ਉਹ ਇਹਦੀ ਦੁਆਵਾਂ ਇਹਦੇ ਪ੍ਰੇਜ਼ ਸੀਗੀਆਂ ਜਾਂ ਇੰਨਾ ਸੀਗਾ ਕਿ ਉਹ ਮੇਰਾ ਕੰਮ ਹੋਰ ਟੱਚ ਊਟ ਵਧੀਆ ਹੋਇਆ, ਸ਼ੋਅ ਸ਼ੂਜ਼ ਮੈਂ ਸਟਾਰਟ ਕੀਤੇ, ਮੈਂ ਪਹਿਲਾਂ ਸ਼ੋਅਜ਼ ਕਰਦਾ ਨਹੀਂ ਸੀਗਾ, ਸੋ ਇਹਨਾਂ ਦੇ ਕਹਿਣ 'ਤੇ ਮੈਂ ਸ਼ੋਅ ਸਟਾਰਟ ਕੀਤੇ। ਸੋ ਸਾਲ 'ਚ ਅਸੀਂ ਕਵਰ ਅਪ ਕਰ ਲਿਆ ਜਿੰਨਾ ਮੇਰਾ ਟਾਰਗੇਟ ਸੀਗਾ, ਸੋ ਬਸ ਕਹਿ ਸਕਦੇ ਕਿ ਤੁਹਾਡੀ ਇੱਕ ਐਜ਼ ਅ ਲੇਡੀ ਲੱਕ ਕੰਮ ਕੀਤਾ, 100% ਲੇਡੀ ਲੱਕ। ਹਾਂਜੀ ਮਾਨਸੀ, ਤੁਸੀਂ ਟੀ ਵੀ ਸੀਰੀਅਲਸ ਬਹੁਤ ਕੀਤੇ ਨੇ, ਹੈ ਨਾ, ਅਤੇ ਇਹਨਾਂ ਨਾਲ ਰਹਿ ਕੇ ਤੁਹਾਨੂੰ ਕੋਈ ਗਾਉਣ ਦਾ ਰੰਗ ਵੀ ਚੜਿਆ? ਨਹੀਂ 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 ਨਹੀਂ, ਮੈਂ ਇਹਨਾਂ ਦੇ ਸਾਹਮਣੇ ਕਦੀ ਨਹੀਂ ਗਾ ਸਕਦੀ, ਮੈਂ ਬਾਥਰੂਮ ਸਿੰਗਰ ਹਾਂ, ਉਹ ਅੱਛੀ ਹਾਂ, ਹਾਲ ਇਹ ਕਿ ਥੋੜ੍ਹਾ ਨੌਲੇਜ ਇੱਦਾਂ ਕਹਿ ਸਕਦੀ ਕਿ ਸੁਣ ਕੇ ਪਤਾ ਚੱਲ ਜਾਂਦਾ ਕੀ ਬੁਰਾ ਕੀ ਅੱਛਾ, ਅਦਰਵਾਈਜ਼ ਉਸ ਤੋਂ ਇਲਾਵਾ ਇਹਨਾਂ ਦੇ ਸਾਹਮਣੇ ਮੈਨੂੰ ਸ਼ਿਵਰਿੰਗ ਸ਼ੁਰੂ ਹੋ ਜਾਂਦੀ, ਐਕਟਿੰਗ ਕਰ ਸਕਦੀ ਹਾਂ, ਸਿੰਗਿੰਗ ਤਾਂ ਛੇੜ ਵੀ ਨਹੀਂ ਸਕਦੀ ਮੈਂ। ਇਹ ਬਾਥਰੂਮ ਸਿੰਗਰ ਨਹੀਂ, ਡਰਾਇੰਗ ਰੂਮ ਸਿੰਗਰ ਆ, ਬਾਥਰੂਮ ਸਿੰਗਰ ਥੋੜ੍ਹਾ ਲੋਅ ਲੈਵਲ ਹੁੰਦਾ, ਇਹ ਅਪ ਲੈਵਲ ਆ। ਸੋ ਇਹ ਬਹੁਤ ਅੱਛਾ ਗਾਉਂਦੀ, ਬਟ ਮੇਰੇ ਸਾਹਮਣੇ ਥੋੜ੍ਹਾ ਸੰਗਦੇ ਨੇ, ਸੋ ਆਈ ਹੋਪ ਕਿਸੇ ਨਾ ਕਿਸੇ ਦਿਨ ਉਹ ਸੰਗ ਲੱਥ ਜੂਗੀ। ਯੁਵਰਾਜ, ਤੁਸੀਂ ਇੱਦਾਂ ਦੀ ਵਿਆਹ ਦੇ ਉੱਤੇ ਕਹਿੰਦੇ ਨਾ ਜਦੋਂ ਬੰਦਾ ਘੋੜੀ ਚੜ੍ਹਦਾ, ਹੈ ਨਾ, ਤਾਂ ਜਦੋਂ ਆਪਣੇ ਸਟੇਜ 'ਤੇ ਪਹੁੰਚਦਾ, ਆਪਣੀ ਵਾਈਫ ਨੂੰ ਬੜੇ ਸਪੈਸ਼ਲ ਤਰੀਕੇ ਦੇ ਨਾਲ ਬੁਲਾਉਣ ਦੀ ਕੋਸ਼ਿਸ਼ ਕਰਦਾ, ਸਟੇਜ 'ਤੇ ਲਿਆਉਣ ਦੀ ਕੋਸ਼ਿਸ਼ ਕਰਦਾ, ਤੁਹਾਡੀ ਇੱਦਾਂ ਦੀ ਕੋਈ ਕੋਸ਼ਿਸ਼ ਚੱਲ ਰਹੀ ਹੈ ਦਿਮਾਗ ਦੇ ਵਿੱਚ ਜਿਹੜਾ ਇਹਨਾਂ ਲਈ ਸਰਪ੍ਰਾਈਜ਼ ਹੋਵੇ? ਮੈਂ ਤੁਹਾਨੂੰ ਸੱਚੀ ਦੱਸਾਂ, ਮੈਂ ਤੁਹਾਨੂੰ ਝੂਠ ਨਹੀਂ ਬੋਲੂੰਗਾ, ਮੇਰੇ ਦਿਮਾਗ 'ਚ ਬਹੁਤ ਕੁਝ ਚੱਲੀ ਜਾਂਦਾ ਪਿਆ, ਅਤੇ ਔਰ ਇਹਨਾਂ ਕੰਮਾਂ 'ਚ ਮੈਂ ਬਿਲਕੁਲ ਜ਼ੀਰੋ ਹਾਂ। ਸਗੋਂ ਮੈਂ ਇਹਨੂੰ ਪੁੱਛੂੰਗਾ ਕਿ ਮਾਨਸੀ ਯਾਰ ਮੈਨੂੰ ਇੱਕ ਗੱਲ ਦੱਸ, ਮੈਂ ਜਦੋਂ ਤੈਨੂੰ ਸਟੇਜ 'ਤੇ ਲਿਜਾਣਾ ਹੋਊਗਾ, ਮੈਂ ਕਿੱਦਾਂ ਲਿਜਾ ਸਕਦਾ ਤੈਨੂੰ? ਸੋ ਸ਼ੀ ਇਜ਼ ਦ ਬੈਸਟ ਇਨ ਦੈਟ। ਮੈਂ ਬਹੁਤ ਰੋਮੈਂਟਿਕ ਪਰਸਨ, ਬਟ ਇਨ ਅ ਵੈਰੀ ਸਾਇਲੈਂਟ ਵੇ, ਹੀ ਵੋਂਟ ਸ਼ੇ, ਆਈ ਮੀਨ ਹੀ ਵੋਂਟ ਸ਼ੋ ਆਫ ਕਾਈਂਡ ਆਫ ਸਮਥਿੰਗ,
but me is like full on filmy kind of girl chandni ha puri main to apa inna nu dekhya ve na filmaan de vich hi propose karnu bahut time laande the real zindagi vich kinda laande honge ne ਜਦੋਂ ਸਾਡੇ 'ਚ ਪ੍ਰਪੋਜ਼ ਤਾਂ ਇਨਫੈਕਟ ਹੋਇਆ ਨਹੀਂ ਸੀ ਜੋ ਵੀ ਜਿਹੜੀ ਫੀਲਿੰਗ ਸੀ ਨਾ ਇਟ ਵਾਸ ਜਸਟ ਲਾਈਕ ਦੈਟ ਇੱਕ ਹੱਥ ਫੜਿਆ ਸੀ ਐਂਡ ਹੀ ਇਜ਼ ਲਾਈਕ ਤੁਸੀਂ ਫੜ ਸਕਦੇ ਹੋ ਹੱਥ ਮੇਰਾ ਦੈਟ ਵਾਸ ਹਿਸ ਡਾਇਲੋਗ ਆਈ ਵਾਸ ਲਾਈਕ ਓਕੇ ਇਸ ਤੋਂ ਜ਼ਿਆਦਾ ਹੌਲੀ 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 ਮਤਲਬ ਪੂਰੇ 9 months ਲੱਗ ਗਏ ਸੀ ਬੰਦੇ ਹੁਣ ਮੈਨੂੰ ਪਿਆਰ ਹੋਇਆ ਆਈ ਲਾਈਕ ਅੱਛਾ ਮੈਨੂੰ ਡੇਟਸ ਵੀ ਯਾਦ ਹੈ 4th January ਨੂੰ ਮੈਨੂੰ ਕਿਹਾ ਗਿਆ ਸੀ ਇਹ ਚੀਜ਼ ਫਿਰ ਇੰਗੇਜਮੈਂਟ ਲਈ ਜਦੋਂ ਹਾਂ ਕੀਤੀ ਬਿਕੋਜ਼ ਇਨੀਸ਼ਲੀ ਵਾਸ ਲਾਈਕ ਮੈਨੂੰ ਵਿਆਹ ਲਈ ਨਾ ਕਹੀਂ ਹਜੇ ਮੈਨੂੰ ਟਾਈਮ ਚਾਹੀਦਾ ਥੋੜ੍ਹਾ ਫੋਰ ਗਰਲ ਇਟਸ ਲਾਈਕ ਹੁਣੇ ਹੀ ਵਿਆਹ ਹੋ ਜਾਏ ਹੁਣੇ ਹੀ ਵਿਆਹ ਹੋ ਜਾਏ ਡੇਟ ਕੋ ਸ਼ੁਰੂ ਹੋਈ ਹੈ ਤੇ ਇੰਨਾ ਚੰਗਾ ਮੁੰਡਾ ਕਿੱਥੇ ਲੱਭਣਾ ਜਿਵੇਂ ਤੇ ਵਿਆਹ ਤੇ ਹੁਣ ਤੁਹਾਡਾ ਵਿਆਹ ਆਉਣ ਵਾਲਾ 21 ਤਰੀਕ ਨੂੰ ਤੁਹਾਡਾ ਵਿਆਹ ਹੈ ਕਿਹੜਾ ਗਾਣਾ ਡੈਡੀਕੇਟ ਕਰੋਗੇ ਇਸ ਵੇਲੇ ਮਾਨਸੀ ਨੂੰ ਅਸੀਂ ਨਾ ਥੋੜ੍ਹੇ ਦਿਨ ਪਹਿਲਾਂ ਅਸੀਂ ਜਿੱਦਣ ਆਪਣਾ ਪ੍ਰੀ ਵੈਡਿੰਗ ਸ਼ੂਟ ਕਰ ਰਹੇ ਸੀਗੇ ਸੋ ਉਹ ਗਾਣਾ ਮਾਨਸੀ ਨੂੰ ਵੀ ਬਹੁਤ ਪਸੰਦ ਆਇਆ ਸੀਗਾ ਸੋ ਇਹਨਾਂ ਨੂੰ ਹੀ ਅੱਜ ਕੱਲ੍ਹ ਉਹ ਚੱਲ ਰਿਹਾ ਕਿ ਨੀ ਮੈਂ ਸੁਣ ਨੀ ਮੈਂ ਤੇਰੇ ਨਾਲੋਂ ਸੋਹਣਾ ਕੋਈ ਵੀ ਵੇਖਿਆ ਨਾ ਸੂਰਜ ਤੱਤਾ ਤੇ ਚੰਨ ਦਾਗੀ ਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਥਾਂ ਥਾਂ ਰੁਲਦੇ ਫਿਰਦੇ ਸੀ ਬੇੜਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਸੋ ਇਹਨਾਂ ਲਈ ਤੇ ਮਾਨਸੀ ਦੇਖੋ ਇੰਨਾ ਸੋਹਣਾ ਗਾਣਾ ਇਹਨਾਂ ਨੇ ਵੀ ਤੁਹਾਨੂੰ ਡੈਡੀਕੇਟ ਕੀਤਾ ਹੁਣ ਇੱਕ ਡੈਡੀਕੇਸ਼ਨ ਇਹਨਾਂ ਲਈ ਤਾਂ ਬਣਦੀ ਹੈ ਕਿਉਂਕਿ ਸਾਨੂੰ ਪਤਾ ਤਾਂ ਲੱਗ ਹੀ ਚੁੱਕਾ ਤੁਸੀਂ ਡਰਾਇੰਗ ਰੂਮ ਸਿੰਗਰ ਹੋ ਬੋਲਦੇ ਗਾ ਮੈਂ ਮਿਕਸਿੰਗ ਕਰਦੇ ਅੱਛਾ ਇਦਾਂ ਤਾਂ ਮੈਨੂੰ ਬਹੁਤ ਸਾਰੇ ਗਾਣੇ ਪਸੰਦ ਨੇ ਸਭ ਤੇਰਾ ਸਭ ਤੇਰਾ ਹਾਂ ਨਹੀਂ ਗਾਣਾ ਮਾਨਸੀ ਨਹੀਂ ਹੈ ਐਮ ਗਾਣਾ ਮਾਨਸੀ ਇਟਸ ਇਟਸ ਅ ਚੈਲੰਜ ਫੀਲ ਮੈਂ ਸਾਈਡ ਤੇ ਹੋ ਜਾਣਾ ਤੂੰ ਗਾ ਠੀਕ ਹੈ ਮੈਂ ਥੋੜਾ ਸਾਈਡ ਤੇ ਯਾਰ ਮੈਂ ਉਹ ਗਾਣਾ ਗਾਉਂਗੀ ਤੁਸੀਂ ਮੈਨੂੰ ਕਹੋਗੇ ਓਕੇ ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਆਵਾਂਗੀ ਹਵਾ ਬਣ ਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ ਦੈਟਸ ਇਟ ਬਹੁਤ ਵਧੀਆ ਤੁਸੀਂ ਮਤਲਬ ਇਹ ਵੀ ਮਜ਼ਾਕ ਕਰਦੇ ਸੀਗੇ ਕਹਿੰਦੇ ਗਾਉਂਦੇ ਨਹੀਂ ਹੈਗੇ ਤਾਂ ਬਹੁਤ ਸੋਹਣਾ ਗਾਉਂਦੇ ਨੇ ਤੁਹਾਨੂੰ ਕਿਹਾ ਤਾਂ ਸੀਗਾ ਕਿ ਸ਼ੀ ਇਜ਼ ਅ ਬਿਊਟੀਫੁਲ ਸਿੰਗਰ ਮੇਰੇ ਸਾਹਮਣੇ ਐਵੇਂ ਸੰਗਦੀ ਰਹਿੰਦੀ ਕਿਹੜਾ ਗਾਣਾ ਗਾਇਆ ਇਹਨਾਂ ਨੇ ਬੂਹੇ ਬਾਰੀਆਂ ਗਾਇਆ ਹਾਂ ਇਹਨਾਂ ਦਾ ਪੱਕਾ ਬੂਹੇ ਬਾਰੀਆਂ ਇਹ ਤਾਂ ਫਿਰ ਟੱਪ ਟੁੱਪ ਕੇ ਤੁਹਾਡੇ ਕੋਲ ਪਹੁੰਚ ਚੁੱਕਾ ਹਾਂ ਸੋ ਮੈਨੂੰ ਇੰਨਾ ਪੱਕਾ ਹੋ ਗਿਆ ਕਿ ਸਾਡਾ ਇਨਸ਼ਾਅੱਲਾ ਹੋਪਫੁਲੀ ਬਾਬਾ ਜੀ ਦੀ ਕਿਰਪਾ ਨਾਲ ਜਦੋਂ ਵੀ ਬੱਚਾ ਹੋਏਗਾ ਉਹ ਬਹੁਤ ਸੁਰੀਲਾ ਬੱਚਾ ਪੈਦਾ ਹੋਏਗਾ ਸੁਰੀਲਾ ਤੇ ਐਕਟਰ ਹਾਂ ਉਹ ਹਾਂ ਯਾਰ ਦੇਖੋ ਸੁਰੀਲਾ ਤੇ ਐਕਟਰ ਹਾਂ 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 ਤੁਸੀਂ ਵੀ ਹੁਣ ਐਕਟਿੰਗ ਦੇ ਵਿੱਚ ਆਪਣੇ ਪੂਰੇ ਮੁਕਾਮ ਤੇ ਪਹੁੰਚੇ ਹੋਏ ਹੋ ਤੇ ਇਹ ਵੀ ਆਪਣੀ ਐਕਟਿੰਗ ਦੇ ਪੂਰੇ ਜੌਹਰ ਜਿਹੜੇ ਆ ਟੀਵੀ ਸੀਰੀਅਲਸ ਵਿੱਚ ਦਿਖਾਉਂਦੇ ਨੇ ਤੇ ਅੱਛਾ ਕਦੀ ਇਦਾਂ ਹੋਇਆ ਕਿ ਤੁਸੀਂ ਇਹਨਾਂ ਸਭ ਨੂੰ ਕੋਈ ਇਦਾਂ ਦੀ ਐਕਟਿੰਗ ਕੀਤੀ ਹੋਵੇ ਤੇ ਇਹ ਕਦੀ ਫੜ ਨਹੀਂ ਪਾਇਆ ਅੱਜ ਤੱਕ ਉਹ ਸੀਨ ਕੋਈ ਹੋਏਗਾ ਇਹਦੀ ਬੈਸਟ ਗੱਲ ਪਤਾ ਕੀ ਆ ਇਹ ਐਕਟਿੰਗ ਕਰਦੀ ਨਹੀਂ ਇਹ ਇੰਨੀ ਸਟ੍ਰੇਟ ਫਾਰਵਰਡ ਆ ਮੈਨੂੰ ਹਮੇਸ਼ਾ ਕਹਿੰਦਾ ਕਿ ਮਾਨਸੀ ਕਦੀ ਥੋੜ੍ਹਾ ਬਹੁਤਾ ਨਾ ਦੇਖ ਲਿਆ ਕਰ ਉਰੇ ਪਰੇ ਜਾਂ ਕਹਿੰਦੀ ਮੇਰੇ ਤੋਂ ਨਹੀਂ ਰਹਿ ਹੁੰਦਾ ਮੈਂ ਦਿਲ 'ਚ ਗੱਲ ਨਹੀਂ ਰੱਖ ਸਕਦੀ ਜੋ ਇਹਦੇ ਦਿਲ 'ਚ ਆ ਨਾ ਇਹ ਬਨਾਵਟੀ ਨਹੀਂ ਹੋ ਸਕਦੀ ਇਹਦੇ ਇੱਕ ਪਲੱਸ ਪੁਆਇੰਟ ਵੀ ਆ ਔਰ ਇੱਕ ਮਾਈਨਸ ਪੁਆਇੰਟ ਵੀ ਆ ਕਿਉਂਕਿ ਜਿਹੜਾ ਇਹਨੂੰ ਅੰਡਰਸਟੈਂਡ ਕਰਦਾ ਉਹੀ ਸਮਝ ਸਕਦਾ ਆ ਜਿਹਨੂੰ ਨਹੀਂ ਪਤਾ ਹਾਓ ਸ਼ੀ ਇਜ਼ ਉਹਨੂੰ ਥੋੜ੍ਹਾ ਰੂਡ ਲੱਗੂਗਾ ਬਟ ਦ ਇਟਸ ਦ ਵੇ ਸ਼ੀ ਇਜ਼ ਹੈ ਨਾ ਸੋ ਉਹ 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 ਐਕਟਿੰਗ ਨਹੀਂ ਕਰਦੀ ਮੈਂ ਕੋਸ਼ਿਸ਼ ਕਰ ਰਿਹਾ ਔਰ ਆਈ ਹੋਪ ਮੈਂ ਖਰਾ ਉਤਰ ਰਿਹਾ ਉੱਤੇ ਇਹਦੇ ਤੋਂ ਬਨਾਵਟੀ ਬਣ ਨਹੀਂ ਹੁੰਦਾ ਵਿਚ ਇਜ਼ ਦ ਬੈਸਟ ਥਿੰਗ ਉਹ ਮੈਨੂੰ ਪਸੰਦ ਆ ਉਹੀ ਚੀਜ਼ ਮੈਨੂੰ ਪਸੰਦ ਆ ਪਹਿਲਾਂ ਪਹਿਲਾਂ ਲੱਗਦਾ ਸੀਗਾ ਕਿ ਯਾਰ ਪਤਾ ਨਹੀਂ ਕਿੱਦਾਂ ਹੋਊਗਾ ਕਰਦਿਆਂ ਨਾ ਉਹ ਜੈਲ ਫੋ ਪਾਊਗੀ ਬਟ ਉਹ ਕਰਦੇ ਵੀ ਸਮਝ ਗਏ ਔਰ ਮੈਂ ਵੀ ਸਮਝ ਗਿਆ ਹੁਣ ਤਾਂ ਸਮਝੇ ਹੀ ਸਮਝਿਆ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਦੋਨਾਂ ਨੂੰ ਤੁਸੀਂ ਇੱਕ ਬੰਧਨ 'ਚ ਬੰਧਨ ਜਾ ਰਹੇ ਹੋ ਅਤੇ ਉਮੀਦ ਕਰਦੇ ਹਾਂ ਕਿ ਤੁਹਾਡਾ ਜਿਹੜਾ ਲਵ ਹੈ ਉਹ ਲਵ ਮੈਰਿਜ 'ਚ ਪਹੁੰਚਿਆ ਅਤੇ ਇਹੀ ਲਵ ਤੁਹਾਡੀ ਮੈਰਿਜ ਦੇ ਵਿੱਚ ਹਮੇਸ਼ਾ ਸਦਾ ਬਹਾਰ ਬਣਿਆ ਰਹੇ ਥੈਂਕਸ ਲੋਟ ਇਹਨਾਂ ਨੂੰ ਵੀ ਦਿਖਾਓ ਲੰਗਰ ਥੈਂਕ ਯੂ ਜੀ ਸੋ ਇਹ ਸਨ ਸਾਡੇ ਨਾਲ ਵਿਆਹ ਦੇ ਗਰੂਮ ਅਤੇ ਬਰਾਈਡ ਜਿਹਨਾਂ ਦੀ ਤਿਆਰੀਆਂ ਚੱਲ ਰਹੀਆਂ ਨੇ ਸੋ ਇੱਦਾਂ ਦੀ ਹੋਰ ਐਕਸਕਲੂਸਿਵ ਤੁਹਾਨੂੰ ਕਵਰੇਜਿਸ ਆਪਾਂ ਦਿੰਦੇ ਰਹਾਂਗੇ ਯੁਵਰਾਜ ਹੰਸ ਦੇ ਵਿਆਹ ਦੇ ਉੱਤੇ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਦੇ ਨਾਲ ਮੈਂ ਸੈਨਰੁੱਲਾ ਕੈਮਰਾਮੈਨ ਬਰਿੰਦਰ ਦੇ ਨਾਲ